सब तो पहला जी सारिया नूं बहुत बहुत प्यार। परमात्मा साडिया मावां नूं, साडे बजुर्गां नूं और साडे हामानी भरावां नूं सारिया नूं चढ़दी कला च रखे। हरियाणे वाले वीर बैठे ने विच, उहनां नूं भी चढ़दी कला च रखे। सो क्योंकि असी ज़्यादातर इस टाइम साडे प्रोग्राम चल रहे सी पंजाब च हुंदे सी, उत्थे झूठिया अफवाहां जिहड़ियां चल रही सी भी किसान अंदोलन इदा हो गया, इदा हो गया, है ना, 26 तो बाद। सो जो मैनू परसनली लग्या, मैनू कुछ नहीं लगता कि कुछ नहीं होया हैगा, सब झूठिया अफवाहां ने। जिहड़े असली किसान सीगे, किसानी नूं प्यार करदे ते और साडी मां बोली नूं प्यार करदे ते पंजाबीयत नूं प्यार करदे ते, अज साडे विच बैठे ने किसान ने, साडियां भैणां ने, साडियां बीबियां ने और साडे बच्चे ने। एक बारी इन्हां दे नां ते खुल के ताड़ी ला दो सारे जाने खुल के। किसान अंदोलन नूं भाई जी कुछ नहीं होया, जिहड़े बंदे अफवाहां फैला रहे ने। मैं परसनली कह रहा, मेरी सोच है, जो मैं सोचदा पिंड च रहना और पिंड च लोकां तों जिहड़ी सत्थ दी चर्चा हुंदी आ उह सुणदा। साडे लोक सत्थ च बैठे चर्चा जरूर करदे ने, पर जे उहनां नूं कहदे वी उत्थे चले जाओ, दो चार दिन ला आओ, तां उहनां नूं सुनना बड़ा औखा लगदा। ਉਹ ਕਹਿੰਦੇ ਨਹੀਂ ਹੈਗੇ, ਪਰ ਉਹਨਾਂ ਦੇ ਚਿਹਰੇ ਤੋਂ ਪਤਾ ਲੱਗ ਜਾਂਦਾ ਵੀ ਉਹਨਾਂ ਨੂੰ ਔਖਾ ਲੱਗਦਾ। ਪਰ ਤੁਸੀਂ ਇੱਥੇ ਬੈਠੇ ਹੋ, ਜਿੰਨੇ ਸਾਡੇ ਪਿੰਡਾਂ ਵਾਲੇ ਭਰਾ ਨੇ, ਸਾਡੇ ਬਜ਼ੁਰਗ ਨੇ, ਪਿੰਡ 'ਚੋਂ ਢਾਲ ਇਕੱਠੀ ਕਰਦੇ ਨੇ ਔਰ ਰਲ ਮਿਲ ਕੇ ਇਕੱਠੇ ਹੋ ਕੇ ਸਾਰੇ ਜਣੇ ਢਾਲ ਇੱਥੇ ਪਹੁੰਚਾਉਂਦੇ ਨੇ, ਚਾਹੇ ਉਹ 10 ਰੁਪਏ ਭੇਜਦਾ, ਚਾਹੇ ਉਹ 500 ਭੇਜਦਾ, ਚਾਹੇ ਉਹ 1000 ਭੇਜਦਾ, ਚਾਹੇ 2000 ਭੇਜਦਾ। ਔਰ ਜਿਹੜੇ ਨਹੀਂ ਆਉਂਦੇ ਗੈਲ ਹਾਜ਼ਰੀ ਤੇ ਨੇ, ਉਹ ਜਿੰਨੀ ਉਹਨਾਂ ਦੀ ਸ਼ਰਧਾ ਹੁੰਦੀ ਆ, ਜੋ ਉਹਨਾਂ ਨੂੰ ਕਮੇਟੀ ਵੱਲੋਂ ਲਾਇਆ ਜਾਂਦਾ, ਉਹ ਸਾਰੇ ਜਾਣੇ ਬਣਦਾ ਸਹਿਯੋਗ ਪਾਉਂਦੇ ਨੇ। ਸੋ ਉਹਨਾਂ ਦਾ ਵੀ ਬਹੁਤ ਵੱਡਾ ਸਹਿਯੋਗ ਆ। ਪਰ ਜਿਹੜੇ ਸਾਡੇ ਪੰਜਾਬ 'ਚ ਬੈਠੇ ਲੋਕ ਸਾਡੇ ਭਰਾ ਗੁੰਮਰਾਹ ਹੋਏ ਲੀਡਰਾਂ ਦੇ ਪਿੱਛੇ ਲੱਗੇ ਫਿਰਦੇ ਨੇ, ਉਹਨਾਂ 'ਤੇ ਸਾਨੂੰ ਗਿਲਵਾ ਸ਼ਿਕਵਾ ਜ਼ਰੂਰ ਹੈ, ਕਿਉਂਕਿ ਸਾਡੇ ਉਹ ਆਪਣੇ ਨੇ। ਜੇ ਕੋਈ ਪੰਜਾਬ ਦੇ ਵਿੱਚ ਰੈਲੀ ਕਰ ਰਿਹਾ, ਮੈਂ ਨਹੀਂ ਉਹਨਾਂ ਨੂੰ ਮੰਨਦਾ, ਉਹ ਵੋਟਾਂ ਲਈ ਰੈਲੀ ਕਰ ਰਹੇ ਨੇ। ਇਸ ਟਾਈਮ ਵੋਟਾਂ ਚੱਲ ਰਹੀਆਂ ਨੇ, ਵੋਟਾਂ ਲਈ ਰੈਲੀਆਂ ਕਰਦੇ ਨੇ। ਇਹ ਕੌੜਾ ਸੱਚ ਛਣਾ ਰਿਹਾ, ਕਿਸੇ ਨੂੰ ਸੁਣਨਾ ਔਖਾ ਹੋ ਜੇ ਤਾਂ ਸੌਰੀ ਉਹਦੇ ਲਈ, ਕਿਉਂਕਿ ਜਿਹੜੇ ਪੰਜਾਬ 'ਚ ਰੈਲੀਆਂ ਕਰਦੇ ਨੇ ਉਹ ਆਪਣੇ ਲਈ ਕਰਦੇ ਨੇ, ਆਪਣੀਆਂ ਵੋਟਾਂ ਲਈ ਕਰਦੇ ਨੇ। ਉਹਨਾਂ ਨੂੰ ਦਿਸ ਰਿਹਾ ਵੀ 2022 ਦੀਆਂ ਵੋਟਾਂ ਆ ਰਹੀਆਂ ਨੇ, ਮੈਂ ਨਾਂ ਨਹੀਂ ਲੈਂਦਾ ਕਿਸੇ ਦਾ। ਸਮਝਣ ਵਾਲੇ ਸਾਰੇ ਸਮਝ ਗਏ ਹੋਣਗੇ ਵੀ ਕਿਹਨੂੰ ਕਹਿ ਰਹੇ ਹਾਂ ਅਸੀਂ, ਕਿਹਨੂੰ ਕਹਿਣਾ ਚਾਹੁੰਦੇ ਹਾਂ। ਤੋ ਜਿਹਨਾਂ ਨੇ ਸਾਨੂੰ ਲੁੱਟ ਲੁੱਟ ਕੇ ਖਾਧਾ, ਆਉਣ ਵਾਲੇ ਟਾਈਮ 'ਚ ਸੋਚ ਰਹੇ ਨੇ ਵੀ ਅਸੀਂ ਐਂ ਕਰ ਦਾਂਗੇ, ਅਸੀਂ ਵਧੀਆ ਸਰਕਾਰ ਲਿਆਵਾਂਗੇ, ਅਸੀਂ ਇਹ ਕਰ ਦਾਂਗੇ, ਉਹ ਕਰ ਦਾਂਗੇ। ਪਰ ਜਿਹੜੇ ਬੰਦੇ 'ਚ ਯੁਰਤ ਹੈ, ਉਹ ਇੱਥੇ ਆ ਕੇ ਧਰਨਾ ਲਾਵੇ, ਦਿੱਲੀ ਦੇ ਵਿੱਚ ਬੈਠੇ ਦਿੱਲੀ 'ਚ ਧਰਨਾ ਲਾਵੇ। ਜਿਹੜੇ ਬੰਦਿਆਂ ਦੇ 'ਚ ਯੁਰਤ ਹੈ ਨਾ, ਦਿੱਲੀ ਦੇ ਵਿੱਚ ਜਾ ਕੇ ਧਰਨਾ ਜ਼ਰੂਰ ਲਾਉਣ, ਤਾਂ ਅਸੀਂ ਮੰਨਾਂਗੇ ਵੀ ਸਾਡੇ ਹੱਕ 'ਚ ਖੜੇ ਨੇ, ਕਿਉਂਕਿ ਉੱਥੇ ਡੰਡਾ ਦੀਂਦਾ, ਅਸੀਂ ਡੰਡੇ ਖਾਧੇ ਨੇ। ਮੈਂ 26 ਤਰੀਕ ਨੂੰ ਉੱਥੇ ਸੀਗਾ, 25 ਨੂੰ ਆਇਆ ਸੀਗਾ, 27 ਤੱਕ ਇੱਥੇ ਰਹੇ ਸੀ। ਅਸੀਂ ਡੰਡੇ ਖਾਧੇ ਨੇ, ਅਸੀਂ ਨਹੀਂ ਡਰੇ, ਅਸੀਂ ਤੁਹਾਡੇ ਬੱਚੇ ਹਾਂ, ਤੁਹਾਡੇ ਭਰਾ ਹਾਂ, ਅਸੀਂ ਇੱਥੇ ਖੜੇ ਰਹੇ ਹਾਂ ਅੜੇ ਹੋਏ, ਪਰ ਤੁਸੀਂ ਵੀ ਖੜੇ ਰਹੇ ਹੋ। ਕੋਈ ਡਰਨ ਦੀ ਲੋੜ ਨਹੀਂ, ਕਿਸੇ ਨੂੰ ਘਬਰਾਉਣ ਦੀ ਲੋੜ ਨਹੀਂ। ਕਿਸਾਨ ਅੰਦੋਲਨ ਇੱਦਾਂ ਹੀ ਚੱਲੂਗਾ ਔਰ ਇੱਦਾਂ ਚੱਲਦਾ ਰਹੂਗਾ ਜਿੰਨਾ ਚਿਕਰ ਸਾਨੂੰ ਸਾਡੇ ਹੱਕ ਨਹੀਂ ਮਿਲਦੇ। ਸੋ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰ ਇਹ ਨਾ ਸੋਚੇ ਵੀ ਅਸੀਂ ਝੁਕ ਜਾਵਾਂਗੇ, ਝੁਕਣ ਵਾਲੀ ਕੌਮ ਹੈ ਨਹੀਂ ਪੰਜਾਬੀਆਂ ਦੀ, ਅਸੀਂ ਝੁਕਾਉਣ ਵਾਲੇ ਜ਼ਰੂਰ ਹਾਂ। ਝੁਕਾਵਾਂਗੇ ਵੀ ਪਿਆਰ ਨਾਲ, ਅਸੀਂ ਕੋਈ ਡੰਡੇ ਨਾਲ ਨਹੀਂ ਝੁਕਾਉਂਦੇ, ਅਸੀਂ ਕਿਸੇ ਗਾਲਾਂ ਨਾਲ ਨਹੀਂ ਝੁਕਾਉਂਦੇ, ਅਸੀਂ ਕੋਈ ਮੰਦੀ ਸ਼ਬਦਾਵਲੀ ਬੋਲ ਕੇ ਨਹੀਂ ਝੁਕਾਉਂਦੇ, ਅਸੀਂ ਪਿਆਰ ਨਾਲ ਝੁਕਾਵਾਂਗੇ। ਔਰ ਜਿੰਨੇ ਵੀ ਅੰਦੋਲਨ ਅੱਜ ਤੱਕ ਲੜੇ ਨੇ, ਸਾਡੇ ਯੋਧਿਆਂ ਨੇ ਲੜੇ ਨੇ, ਸਾਡੇ ਗੁਰੂ ਪੀਰਾਂ ਨੇ ਲੜੇ ਨੇ, ਉਹ ਪਿਆਰ ਨਾਲ ਲੜੇ ਗਏ ਨੇ ਹਮੇਸ਼ਾ। ਸਾਡੇ ਗੁਰੂ ਤੇਗ ਬਹਾਦਰ ਜੀ ਸੀਗੇ, ਤਾਂ ਸਾਰਿਆਂ ਨੂੰ ਦੱਸਣ ਦੀ ਲੋੜ ਨਹੀਂ, ਪਿਆਰ ਨਾਲ ਕੀਤਾ ਸੀ ਉਹਨਾਂ ਨੇ ਸਾਰਾ ਕੁਛ। ਤੇਰਾ ਭਾਣਾ ਮੀਠਾ ਲਾਗੇ, ਉਹ ਉਹਨਾਂ ਨੇ ਕਿਹਾ ਸੀਗਾ, ਉਹ ਸਾਡੇ ਗੁਰੂਆਂ ਦਾ ਜੀ। ਆਪਾਂ ਜੋਸ਼ ਦੇ ਵਿੱਚ ਕਦੇ ਨਹੀਂ ਆਉਣਾ, ਹੋਸ਼ ਦੇ ਵਿੱਚ ਰਹਿ ਕੇ ਕੰਮ ਕਰਨਾ। ਔਰ ਮੈਂ ਖਾਸ ਕਰਕੇ ਜਦੋਂ ਵੀ ਆਉਣਾ, ਮੈਂ ਸਾਡੀਆਂ ਭਾਵਾਂ ਜਿਹੜੀਆਂ ਮਾਵਾਂ ਬੈਠੀਆਂ ਨੇ, ਸਾਡੀਆਂ ਭੈਣਾਂ ਬੈਠੀਆਂ ਨੇ, ਮੈਂ ਇਹਨਾਂ ਨੂੰ ਸਲਾਮ ਕਰਦਾ। ਔਰ ਜਿੰਨੀਆਂ ਵੀ ਵੀਡੀਓ ਦੇ ਵਿੱਚ ਜੋ ਵੀ ਸੁਣ ਰਹੀਆਂ ਨੇ ਸਾਡੀਆਂ ਮਾਵਾਂ ਭੈਣਾਂ, ਮੈਂ ਉਹਨਾਂ ਨੂੰ ਕਹਿ ਰਿਹਾ ਵੀ ਤੁਹਾਡੀ ਲੋੜ ਆ, ਇੱਥੇ ਸਹਿਯੋਗ ਆ। ਜਿੰਨਾ ਵੀ ਬਣਦਾ, 4 ਦਿਨ, 5 ਦਿਨ, 2 ਦਿਨ, 1 ਦਿਨ, ਉਹਦੇ ਸਹਿਯੋਗ ਜ਼ਰੂਰ ਪਾ ਕੇ ਜਾਓ, ਹਾਜ਼ਰੀ ਜ਼ਰੂਰ ਲਵਾ ਕੇ ਜਾਓ। ਸੋ ਇੱਕ ਗੀਤ ਜੀ, ਕੌੜਾ ਸੱਚ ਪੰਜਾਬ ਦਾ ਮੈਂ ਸੁਣਾਉਣ ਲੱਗਿਆ, ਤੋ ਜ਼ਰੂਰ ਸੁਣਿਓ ਜੀ। ਪਰ ਕਿਸਾਨ ਅੰਦੋਲਨ ਉਦਾਂ ਹੀ ਹੈ,
पंजाब दे विच रैलियां हो रही ने, अपने हरियाणे च बड़िया बड़िया रैलियां हो रही ने, क्योंकि वाडी का टाइम आ रहा अगे 1 अप्रैल तो शुरू हो जा रहा है, और यूपी दे विच हो रहा है, और जिथे जिथे वोटां हो रही ने उथे उथे हो रहा है। ये क्योंकि साढ़े जिहड़े लीडर ने इन्हां दा फर्ज आ भी उथे भी जाके जिहड़े लोग माड़े मोटे गुमराह हो गए सी 26 तो बाद उन्हां नूं जगाउण दा जतन चल रहा, और आने वाले दिनों दे विच तुसीं देखोगे बहुत बड़े बड़े प्रोग्राम मिलेंगे। सो एक गीत जी मैं वो पंजाबियों नूं कहना चाहूंगा जिहड़े साढ़े पंजाबी साढ़े पंजाब नाल गदारी कर रहे हैं। रुलदा पंजाब फिरे लिबड़िया ताज फिरे, रुलदा पंजाब फिरे लिबड़िया ताज फिरे, पत्ती पत्ती गई है बलूंदरी गुलाब दी, 1250 दियो वे जागो वेला जागने दा, 1250 दियो वे उठो वेला जागने दा, कन ला के सुना तुसी आवाज़ है पंजाब दी, रुलदा पंजाब फिरे वे लिबड़िया ताज फिरे, वे कन ला के सुनो तुसी आवाज़ है पंजाब दी। ए साडा पंजाब आ, साडा सोहना पंजाब आ, और जिहड़ा पहला वसदा हुंदा सी उदे वसदा होगा। ए पंजाब सानू आवाज मार रहा भी घबरायो ना, मैं तुहाडे नाल खड़ा, मेरी पंजाबीयत नाल खड़ी है, मेरे बच्चे तुहाडे नाल खड़े ने, और साडे गुरुआं दा हत्थ आ साडे सिर ते। सो घबराउण दी लोड़ नहीं जी, डरन दी लोड़ नहीं, इत्थे असीं जिन्ने जोगे हैगे सारे सिंगर असीं हाजरी लवा रहे हां, और आने वाले दिनों भी असीं लवाउंदे रहांगे। सो मेरे वल्लों एक बारी गड के जरूर नारा लाउणा जी किसानी दा, किसान मजदूर एकता, किसान मजदूर एकता, किसान मजदूर एकता। तो सत श्री अकाल जी सारयां नूं, बहुत बहुत प्यार, वाहिगुरु जी का खालसा, वाहिगुरु जी की फतह।